ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਦੀ ਪਤਨੀ ਦਾ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਤੇ ਦੁੱਲੋ ਪਰਿਵਾਰ ਤੇ ਕਾਂਗਰਸੀ ਨੇਤਾਵਾਂ ਦੇ ਵੱਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਸ਼ਮਸ਼ੇਰ ਸਿੰਘ ਦੁੱਲੋ ਦੇ ਪੁੱਤਰ ਬਨਦੀਪ ਸਿੰਘ ਢਿੱਲੋਂ ਨੇ ਇੱਕ ਪ੍ਰੈਸ ਕਾਨਫਰੰਸ ਕਰ ਲਾਲ ਸਿੰਘ ਤੋਂ ਮਾਫ਼ੀ ਮੰਗਣ ਦੀ ਗੱਲ ਕੀਤੀ ਹੈ। ਬਨਦੀਪ ਨੇ ਕਾਂਗਰਸ ਪਾਰਟੀ ਵਿੱਚ ਹੁੰਦੇ ਹੋਏ ਆਪਣੀ ਹੀ ਪਾਰਟੀ ਤੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਦੁੱਲੋ ਪਰਿਵਾਰ ਨੂੰ ਸ਼ੜਯੰਤਰ ਦੇ ਤਹਿਤ ਕਾਂਗਰਸ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਬੰਦਾ ਸਨਮਾਨ ਨਹੀਂ ਮਿਲ ਰਿਹਾ। ਉਹਨਾਂ ਦਾ ਕਹਿਣਾ ਸੀ ਕਿ ਲਾਲ ਸਿੰਘ ਬੁਖਲਾਏ ਹੋਏ ਨੇ ਅਤੇ ਇਸੇ ਕਰਕੇ ਹੀ ਇਦਾਂ ਦੇ ਬਿਆਨ ਦੇ ਰਹੇ ਨੇ। ਸਾਡੇ ਹੀ ਚਹੀਤੇ ਸੀਨੀਅਰ ਲੀਡਰ ਨੇ ਜੋ ਚੇਅਰਮੈਨ ਨੇ ਮੰਡੀ ਬੋਰਡ ਦੇ ਸਰਦਾਰ ਸਤਿਕਾਰਯੋਗ ਲਾਲ ਸਿੰਘ ਜੀ, ਉਹਨਾਂ ਨੇ ਕੁਛ ਸਾਡੇ ਪਰਿਵਾਰ ਦੇ ਬਾਰੇ ਆ ਦੋ ਬੀਤੇ ਦਿਨਾਂ ਦੇ ਵਿੱਚ ਟਿੱਪਣੀ ਕੀਤੀ ਹੈਗੀ ਹੈ। ਯਾਦਵਿੰਦਰ ਜੀ ਜੋ ਆਪ ਕਵਰੇਜ ਕਰਦੇ ਨੇ, ਤੁਹਾਨੂੰ ਪਤਾ ਹੈ ਵੀ ਤੁਹਾਡੇ ਵੀ ਸਾਥੀ ਨੇ ਉਹ, ਉਹਨਾਂ ਨੇ ਕੁਐਸਚਨ ਪੁੱਟ ਕੀਤਾ ਸੀ ਲਾਲ ਸਿੰਘ ਜੀ ਨੂੰ ਕਿ ਵੀ ਮਿਸਿਸ ਦੁੱਲੋ ਜਿਵੇਂ ਆਪ ਪਾਰਟੀ ਦੇ ਵਿੱਚ ਜੁਆਇਨ ਕੀਤੇ ਨੇ ਵੀ ਉਹਦਾ ਕੀ ਰੀਜ਼ਨ ਸੀਗਾ। ਤਾਂ ਲਾਲ ਸਿੰਘ ਜੀ ਨੇ ਇਹ ਜਵਾਬ ਦਿੱਤਾ ਸੀਗਾ ਕਿ ਇਹਨਾਂ ਦੀ ਜੀ ਆਪਸੀ ਘਰ ਦੇ ਵਿੱਚ ਤਾਲਮੇਲ ਇਹਨਾਂ ਦਾ ਹੈ ਨਹੀਂ, ਬਣਦੀ ਨਹੀਂ ਹੈਗੀ। ਪਹਿਲਾਂ ਤਾਂ ਮੈਂ ਇਹ ਸ਼ਬਦਾਂ ਦੀ ਕੜੀ ਨਿੰਦਿਆ ਕਰਦਾ। ਦੂਸਰੀ ਇਹ ਗੱਲ ਹੈਗੀ ਹੈ ਕਿ ਵੀ ਐਡੇ ਬੜੇ ਕੱਦ ਦੇ ਲੀਡਰ ਨੂੰ ਇਹ ਚੀਜ਼ ਸ਼ੋਭਾ ਨਹੀਂ ਦਿੰਦੀ ਹੈਗੀ ਵੀ ਕਿਸੇ ਦੀ ਪਰਸਨਲ ਲਾਈਫ ਦੇ ਉੱਪਰ ਟਿੱਪਣੀ ਕਰੇ। ਦੇਖੋ, ਕਹਿਣ ਦਾ ਭਾਵ ਇਹ ਹੈ ਵੀ ਬੀਬੀ ਦੁੱਲੋ ਜੀ ਨੇ ਜੋ ਡਿਸੀਜ਼ਨ ਲਿੱਤਾ ਹੈ ਉਹ ਇੱਕ ਇੰਡੀਪੈਂਡੈਂਟ ਪੋਲੀਟੀਸ਼ਨ ਨੇ, ਖੰਨੇ ਤੋਂ MLA ਵੀ ਰਹੇ ਨੇ, ਸੂਝਵਾਨ ਪੋਲੀਟੀਸ਼ਨ ਨੇ। ਜੋ ਉਹਨਾਂ ਨੇ ਡਿਸੀਜ਼ਨ ਲਿੱਤਾ ਹੈਗਾ ਉਹ ਡਿਸੀਜ਼ਨ ਉਹਨਾਂ ਦੇ ਵਾਸਤੇ ਬਿਲਕੁਲ ਸਹੀ ਸੀਗਾ, ਤਾਂ ਕਰਕੇ ਉਹ ਇਹ ਰਾਹ 'ਤੇ ਚੱਲੇ ਨੇ। ਹੁਣ ਜੇ ਇਹਦੇ ਪਿੱਛੇ ਸਾਡੀ ਫੈਮਿਲੀ ਨੂੰ ਕੋਈ ਚੈਲੰਜਸ ਦੇ ਰਹੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਹੈਗਾ ਕਿ ਵੀ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਰਫ਼ਤਾਰ ਦੇ ਨਾਲ ਸਮਾਂ ਚੱਲ ਰਿਹਾ ਹੈਗਾ ਕਿ ਵੀ ਮੈਂ ਕਹਿ ਸਕਦਾ ਕਿ ਵੀ ਕਿੰਨੇ ਕੁ ਲੋਕ ਨੇ ਜਿਹੜੇ ਖੁਸ਼ ਨੇ। ਹਰ ਇੱਕ ਬੰਦਾ 90% ਜਿਹੜੀ ਅੱਜ ਫੈਮਿਲੀਜ਼ ਰਹਿ ਰਹੀਆਂ ਨੇ ਸਮਝੌਤਿਆਂ ਦੇ ਕਰਕੇ ਰਹਿ ਰਹੀਆਂ ਨੇ। ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਟਰਬਲ ਹੈਗੀ ਹੈ। ਜੇ ਸਾਡੇ ਪਰਿਵਾਰ ਦੇ ਵਿੱਚ ਟਰਬਲ ਹੈਗੀ ਹੈ, ਇਹ ਸਾਡੇ ਪਰਿਵਾਰ ਦਾ ਅੰਦਰਲਾ ਮਸਲਾ ਹੈ, ਇਹ ਅਸੀਂ ਆਪ ਪਰਿਵਾਰ ਬੈਠ ਕੇ ਇਹਨੂੰ ਸੋਲਵ ਕਰਾਂਗੇ। ਅਸੀਂ ਨਹੀਂ ਚਾਹੁੰਦੇ ਹੈਗੇ ਵੀ ਕੋਈ ਵੀ ਪੋਲੀਟੀਕਲ ਬੰਦਾ ਕਿਸੇ ਵੀ ਪਾਰਟੀ ਦੇ ਚਾਹੇ ਬਿਲੋਂਗ ਕਰਦਾ ਹੋਵੇ ਸਾਡੇ ਪਰਿਵਾਰ ਦੇ ਉੱਪਰ ਟਿੱਪਣੀ ਕਰੇ। ਅਤੇ ਮੈਂ ਲਾਲ ਸਿੰਘ ਜੀ ਨੂੰ ਇਹ ਰਿਕੁਐਸਟ ਕਰਦਾ ਹੈਗਾ ਵੀ ਤੁਸੀਂ ਪਰਸਨਲੀ ਦੁੱਲੋ ਸਾਹਿਬ ਦੇ ਨਾਲ ਤੁਸੀਂ ਫੋਨ 'ਤੇ ਗੱਲ ਕਰੋ, ਉਹਨਾਂ ਦੇ ਨਾਲ ਇਹ ਚੀਜ਼ ਦੇ ਬਾਰੇ ਤੁਸੀਂ ਚਰਚਾ ਕਰੋ। ਅਤੇ ਮੈਂ ਇਹ ਵੀ ਚਾਹੁੰਦਾ ਹੈਗਾ ਕਿ ਵੀ ਤੁਸੀਂ ਅਪੋਲੋਜਾਈਜ਼ ਵੀ ਕਰੋ, ਚਾਹੇ ਤੁਹਾਡੀ ਜ਼ਬਾਨ ਫਿਸਲੀ ਹੈ, ਚਾਹੇ ਤੁਸੀਂ ਕਿਹੜੇ ਤਰੀਕੇ ਨਾਲ ਬੋਲਿਆ ਹੈਗਾ ਮੈਨੂੰ ਨਹੀਂ ਪਤਾ, ਮਗਰ ਇਸ ਤੁਹਾਡੇ ਜੋ ਵੀ ਤੁਸੀਂ ਟਿੱਪਣੀ ਕੀਤੀ ਹੈ ਇਹਦੇ ਕਰਕੇ ਦੁੱਲੋ ਪਰਿਵਾਰ ਦੇ ਵਿੱਚ, ਸਾਡੀ ਫੈਮਿਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਸ ਹੈਗਾ। ਉਹ ਵਰਕਰ ਦੀ ਤਾਂ ਜੀ ਕਹਾਣੀ ਕੋਈ ਨਹੀਂ ਰਹੀ ਹੈਗੀ, ਤੁਸੀਂ ਮੈਨੂੰ ਇਹ ਗੱਲ ਦੱਸ ਦਿਓ ਕਿਹੜਾ ਵਰਕਰ ਖੁਸ਼ ਹੈਗਾ। ਜਾਂ ਤੁਸੀਂ ਪੈਰਾਸ਼ੂਟ ਰਾਹੀਂ ਲੀਡਰ ਲਿਆ ਲਿਆ ਉੱਪਰ ਸਿਰ 'ਤੇ ਧਰ ਦੇਣਾ ਹੈਗਾ, ਵਰਕਰ ਨੇ ਤਾਂ ਕਾਂਗਰਸ ਨੂੰ ਵੋਟ ਪਾਉਣੀ ਹੈ, ਮਗਰ ਉਹ ਸਮਝੌਤਿਆਂ ਨਾਲ ਵੋਟ ਪਾਉਂਦਾ ਹੈਗਾ, ਆਪਣੇ ਹੱਕ ਨਾਲ ਨਹੀਂ ਪਾਉਂਦਾ ਹੈਗਾ। ਅਤੇ ਮੈਂ ਇਹ ਪ੍ਰੈਸ ਕਾਨਫਰੰਸ 'ਚ ਇਹ ਵੀ ਕਹਿਣਾ ਚਾਹੁੰਦਾ ਹੈਗਾ ਜਿਹੜੇ ਗਰੀਬ ਬੰਦੇ ਨੇ ਜਿੱਦਣ ਆਪਣੇ ਢਿੱਡੋ ਵੋਟ ਪਾਣੀ ਬੰਦ ਕਰ ਦੇਣਗੇ ਨਾ, ਉੱਦਣ ਇਸ ਮੁਲਕ ਦਾ ਕੁਛ ਨਾ ਕੁਛ ਹੋ ਜੂਗਾ। ਆ ਜਿਹੜਾ 1.5 ਮਹੀਨਾ 2 ਮਹੀਨੇ ਜਿਹੜਾ ਖਾਓ ਪਿਲਾਓ ਦਾ ਸਮਾਨ ਚੱਲਦਾ ਨਾ ਗਰੀਬਾਂ ਦੇ ਘਰਾਂ 'ਚ, ਜਿੱਦਣ ਇਹ ਤੋਂ ਇਹਨਾਂ ਨੇ ਪਰਹੇਜ਼ ਕਰ ਲਿਆ, ਇਹ ਤਖਤਾ ਪਟਲ ਪਲਟ ਕੇ ਰੱਖ ਦੇਣਗੇ ਸਰਕਾਰਾਂ ਦਾ ਵੀ, ਅਤੇ ਆ ਜਿਹੜੇ ਤੁਰੇ ਫਿਰਦੇ ਨੇ ਕਿ ਵੀ ਇਹਨਾਂ ਨੂੰ ਆਏ ਕਰ ਦਿਓ, ਇਹਨਾਂ ਨੂੰ ਆਏ ਕਰ ਦਿਓ, ਇਹ ਸਭ ਇਹਨਾਂ ਨੂੰ ਦਿਖਾ ਦਊਗੇ। ਖੰਨਾ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TVNRI।